ਬਠਿੰਡਾ ਚ ਏਐਸਆਈ ਵੱਲੋਂ ਮਹਿਲਾ ਨਾਲ ਦੁਸ਼ਕਰਮ ਕਰਨ ਦਾ ਮਾਮਲਾ। ਹਾਈ ਕੋਰਟ ਨੇ ਮਾਮਲੇ ਚ ਨਵੀਂ ਸੈੱਟ ਦਾ ਕੀਤਾ ਗਠਿਤ। ਤਿੰਨ ਮਹਿਲਾ ਅਧਿਕਾਰੀਆਂ ਨੂੰ ਸੌਂਪੀ ਜਾਂਚ ਦੀ ਜ਼ਿੰਮੇਵਾਰੀ। खबर बठिंडा तो है जिथे एक एएसआई वालों महिला के नाल कीते दुष्कर्म मामलों के विच हाई कोर्ट ने एक नवी सिट का गठन कर दिता है। दरअसल एक 20 साल नौजवान खिलाफ झूठे केस दर्ज करके उसनू छड्डन के बदले उसकी विधवा मां नाल बलात्कार करने के मामले के विच पंजाब एंड हरियाणा हाई कोर्ट ने एसएसपी बठिंडा वालों गठित की एसआईटी नू रद्द कर दिता है। मामले च हाई कोर्ट ने एक नवी सिट का गठन किया है जिस दे विच तीन महिला अधिकारी तैनात कीतियां गईयां ने, जिन्हां दे विच एडीजीपी गुरप्रीत दियो, एसएसपी मुक्तसर डीडी सुदरवी जी अते डीएसपी बलाडा प्रभजीत कौर शामिल ने। पीड़ित महिला दे एडवोकेट गुरप्रीत सिंह पसीन ने पीड़ित नूं इंसाफ दी मांग करदिआं पटीशन दायर कीती सी, जिस तों बाद हाई कोर्ट ने सीजीएम बठिंडा नूं हुक्म दित्ते ने कि उह सारी ऑडियो वीडियो रिकॉर्डिंग मोबाइल फोन अते होर सबूत जांच दे लई लैब नूं भेजण। ਕੀ ਹੈ ਪੂਰਾ ਮਾਮਲਾ ਉਹ ਵੀ ਤੁਹਾਨੂੰ ਦੱਸਦਿਆਂ। ਬੀਤੇ ਦਿਨੀ ਸੀਆਈਏ ਸਟਾਫ ਦੇ ਏਐਸਆਈ ਨੂੰ ਪਿੰਡ ਬਾਠ ਦੇ ਲੋਕਾਂ ਨੇ ਇੱਕ ਵਿਧਵਾ ਔਰਤ ਦੇ ਨਾਲ ਬਲਤਕਾਰ ਕਰਦਿਆਂ ਟਰੈਪ ਲਾ ਕੇ ਰੰਗੇ ਹੱਥੀ ਕਾਬੂ ਕੀਤਾ ਸੀ। ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਇੰਟਰਨੈਟ ਮੀਡੀਆ ਉੱਤੇ ਵਾਇਰਲ ਕਰ ਦਿੱਤੀ। ਇੱਕ ਰਿਪੋਰਟ ਦੇ ਅਨੁਸਾਰ ਮੁਲਜ਼ਮ ਨੇ ਪਹਿਲਾਂ ਵਿਧਵਾ ਔਰਤ ਨੂੰ ਬਲੈਕਮੇਲ ਕਰਨ ਦੇ ਲਈ ਉਸਦੇ 20 ਸਾਲਾਂ ਬੇਟੇ ਨੂੰ ਨਸ਼ੇ ਦੀ ਤਸਕਰੀ ਦੇ ਦੋਸ਼ ਦੇ ਤਹਿਤ ਗ੍ਰਿਫਤਾਰ ਕੀਤਾ ਤੇ ਫਿਰ ਔਰਤ ਨੂੰ ਸਰੀਰਕ ਸੰਬੰਧ ਬਣਾਉਣ ਦੇ ਲਈ ਮਜਬੂਰ ਕੀਤਾ ਤੇ ਅਖੀਰ ਪੀੜਤ ਔਰਤ ਨਾਲ ਬਲਤਕਾਰ ਕੀਤਾ। ਔਰਤ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਪਿੰਡ ਦੇ ਪੰਚਾਇਤ ਨੂੰ ਦਿੱਤੀ ਤੇ ਪਿੰਡ ਦੇ ਲੋਕਾਂ ਨੇ ਔਰਤ ਦੇ ਘਰ ਦੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਲਗਾਏ ਅਤੇ ਮੁਲਜ਼ਮ ਨੂੰ ਰੰਗੇ ਹੱਥੀ ਕਾਬੂ ਕੀਤਾ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, ਐਨਸੀ7 ਨਿਊਜ਼।